ਅਸੀਂ ਇੰਨੇ ਮਾਡਰਨਾਈਜ਼ਡ ਹੋ ਚੁੱਕੇ ਹਾਂ ਜਿਹਦਾ ਖਾਮਿਆਜ਼ਾ ਸਾਨੂੰ ਬਹੁਤ ਸਾਰੀਆਂ ਹੈਲਥ ਪ੍ਰੋਬਲਮਸ ਦੇ ਨਾਲ ਚੁਕਾਉਣਾ ਪੈਂਦਾ ਹੈ। ਅੱਜ ਦੇ ਹੈਲਥ ਟਿਪ ਦੇ ਵਿੱਚ ਮੈਂ ਗੱਲ ਕਰਨ ਵਾਲੀ ਹਾਂ ਇੱਕ ਐਸੀ ਸਿੰਪਲ ਚੀਜ਼ ਬਾਰੇ ਜਿਹੜੀ ਕਿ ਸਾਡੀ ਡਾਇਟ ਵਿੱਚੋਂ ਵੈਨਿਸ਼ ਹੁੰਦੀ ਜਾ ਰਹੀ ਹੈ ਬਿਕੋਜ਼ ਅਸੀਂ ਇਸ ਚੀਜ਼ ਦੇ ਮਹੱਤਵ ਦੇ ਬਾਰੇ ਨਹੀਂ ਜਾਣਦੇ। ਸੋ ਅੱਜ ਆਪਾਂ ਗੱਲ ਕਰਾਂਗੇ ਫਾਈਬਰ ਬਾਰੇ। ਫਾਈਬਰ ਸਾਡੀ ਡਾਇਟ ਦਾ ਇੱਕ ਬਹੁਤ ਅਟੁੱਟ ਅੰਗ ਹੋਣਾ ਚਾਹੀਦਾ ਹੈ ਬਿਕੋਜ਼ ਅੱਜ ਕੱਲ੍ਹ ਅਸੀਂ ਪ੍ਰੋਸੈਸਡ ਫੂਡਸ ਖਾ ਰਹੇ ਹਾਂ, ਪੈਕੇਜਡ ਫੂਡ ਖਾ ਰਹੇ ਹਾਂ, ਜਿਵੇਂ ਕਿ ਬਰਗਰਸ ਹੈ, ਪੀਜ਼ਾਸ ਹੈ, ਨੂਡਲਸ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਦੇ ਵਿੱਚ ਫਾਈਬਰ ਨਹੀਂ ਹੁੰਦਾ ਬਿਕੋਜ਼ ਇਹ ਹੋਲ ਵੀਟ ਦੀਆਂ ਨਹੀਂ, ਇਹ ਮੈਦੇ ਦੀਆਂ ਬੜੀਆਂ ਹੁੰਦੀਆਂ। ਸੋ ਫਾਈਬਰ ਇਜ਼ ਵੈਰੀ ਵੈਰੀ ਇੰਪੋਰਟੈਂਟ। ਫਾਈਬਰ ਸਾਡੀ ਡਾਇਟ ਦਾ ਉਹ ਹਿੱਸਾ ਹੈ ਜਿਹੜਾ ਕਿ ਸਾਡੇ ਇੰਟੈਸਟਾਈਨ ਦੇ ਵਿੱਚ ਜਾਂਦਾ ਹੈ, ਬਲਕ ਫਾਰਮ ਕਰਦਾ ਹੈ, ਸਾਨੂੰ ਸਟਾਈਟੀ ਦਿੰਦਾ ਹੈ ਜਿਹਦੇ ਨਾਲ ਕਿ ਸਾਨੂੰ ਜਲਦੀ ਭੁੱਖ ਨਹੀਂ ਲੱਗਦੀ। ਔਰ ਆਈ ਐਮ ਵੈਰੀ ਸ਼ੋਰ ਬਹੁਤ ਸਾਰੇ ਜਿਹੜੇ ਇਸ ਟਾਈਮ ਇਸ ਵੀਡੀਓ ਨੂੰ ਦੇਖ ਰਹੇ ਹੈ ਲੋਕ, ਉਹ ਇਹ ਸੋਚ ਰਹੇ ਹੋਣਗੇ ਕਿ ਫਾਈਬਰ ਦੇ ਨਾਲ ਸਾਡਾ ਵੇਟ ਲੋਸ ਹੋ ਸਕਦਾ ਹੈ। ਇਹਦਾ ਜਵਾਬ ਵੀ ਮੈਂ ਅੱਗੇ ਦੇਣ ਵਾਲੀ ਹਾਂ, ਲੇਕਿਨ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਫਾਈਬਰ ਦੇ ਸਾਡੇ ਸਰੀਰ ਵਿੱਚ ਕੀ ਫਾਇਦੇ ਹੁੰਦੇ ਹੈ। ਫਾਈਬਰ ਸਾਡੇ ਸਰੀਰ ਦੇ ਵਿੱਚ ਇੱਕ ਸਾਬਣ ਜਾਂ ਇੱਕ ਡਿਟਰਜੈਂਟ ਦਾ ਕੰਮ ਕਰਦਾ ਹੈ ਜਿਹੜਾ ਕਿ ਸਰੀਰ ਦੀਆਂ ਇੰਪਿਓਰਿਟੀਜ਼ ਨੂੰ ਆਪਣੇ ਅੰਦਰ ਐਬਜ਼ੋਰਬ ਕਰਦਾ ਹੈ ਔਰ ਸਰੀਰ ਤੋਂ ਬਾਹਰ ਕਰਦਾ ਹੈ। ਸੋ ਕੋਲੈਸਟਰੋਲ ਤੁਹਾਡਾ ਕੰਟਰੋਲ ਹੋ ਸਕਦਾ ਹੈ, ਜੇ ਤੁਹਾਡੀ ਬੋਡੀ ਵਿੱਚ ਇਨਫਲਮੇਸ਼ਨ ਦੀ ਵਜ੍ਹਾ ਨਾਲ ਤੁਹਾਨੂੰ ਪੇਨ ਹੁੰਦੀ ਹੈ, ਤੁਹਾਡੇ ਕਦੀ ਕੰਧੇ ਦੁੱਖ ਰਹੇ ਹੈ, ਕਦੀ ਲੈਗਸ ਦੁੱਖ ਰਹੀ ਹੈ, ਤਾਂ ਤੁਸੀਂ ਗੌਰ ਕਰੋ ਕਿ ਜੇ ਤੁਸੀਂ ਹਾਈ ਫਾਈਬਰ ਡਾਇਟ ਲੈਂਦੇ ਹੋ ਇਹਦੇ ਨਾਲ ਤੁਹਾਨੂੰ ਕਾਫੀ ਫਰਕ ਪੈ ਸਕਦਾ ਹੈ। ਤੁਹਾਡੀ ਬੋਡੀ ਦੇ ਵਿੱਚ ਜੇ ਤੁਹਾਨੂੰ ਕੋਨਸਟੀਪੇਸ਼ਨ ਹੈ ਤਾਂ ਕੋਨਸਟੀਪੇਸ਼ਨ ਨੂੰ ਰਿਲੀਵ ਕਰਨ ਵਿੱਚ ਵੀ ਤੁਹਾਨੂੰ ਫਾਈਬਰ ਮਦਦ ਕਰਦਾ ਹੈ। ਜਿਹੜੀਆਂ ਰੈਕਮੈਂਡੇਸ਼ਨਸ ਹੈਗੀਆਂ ਉਹ ਕਹਿੰਦੀਆਂ ਕਿ ਤੁਹਾਨੂੰ ਇੱਕ ਦਿਨ ਦੇ ਵਿੱਚ 25 ਗ੍ਰਾਮਸ ਤੋਂ 35 ਗ੍ਰਾਮਸ ਫਾਈਬਰ ਲੈਣਾ ਚਾਹੀਦਾ ਹੈ ਜਿਹੜਾ ਕਿ ਤੁਸੀਂ ਵੈਰੀ ਈਜ਼ੀਲੀ ਲੈ ਸਕਦੇ ਹੋ। ਦਿਨ ਦੇ ਵਿੱਚ ਤੁਸੀਂ 7 ਐਸੀਆਂ ਚੀਜ਼ਾਂ ਖਾਓ ਜਿਹੜੀਆਂ ਕਿ ਫਾਈਬਰ ਰਿਚ ਹੁੰਦੀਆਂ, ਜਿਵੇਂ ਕਿ ਤੁਸੀਂ 1 ਚਮਚ ਇਸਬਗੋਲ ਲੈ ਸਕਦੇ ਹੋ। ਜੇ ਤੁਸੀਂ 2 ਚਮਚ ਲੈ ਲਿਓ ਤਾਂ ਇਹਨਾਂ 7 ਚੀਜ਼ਾਂ ਵਿੱਚੋਂ 2 ਚਮਚ 2 ਤੁਹਾਡੀਆਂ ਸਰਵਿੰਗਸ ਫਾਈਬਰ ਦੀਆਂ ਹੋ ਗਈਆਂ। ਤੁਸੀਂ ਜੇ ਰੋਟੀ ਖਾਂਦੇ ਹੋ, ਰੋਟੀ ਨੂੰ ਤੁਸੀਂ ਤਬਦੀਲ ਕਰਦੇ ਹੋ ਹੋਲ ਵੀਟ ਰੋਟੀ ਜਾਂ ਫਿਰ ਉਹਦੇ ਵਿੱਚ ਬ੍ਰੈਨ ਤੁਸੀਂ ਐਡ ਕਰ ਸਕਦੇ ਹੋ, ਖੂਬ ਸਾਰਾ ਸੂਪ ਪੀ ਸਕਦੇ ਹੋ, ਤੁਸੀਂ ਵੈਜੀਟੇਬਲਸ ਖਾ ਸਕਦੇ ਹੋ, ਫਰੂਟਸ ਖਾ ਸਕਦੇ ਹੋ ਜਿਨ੍ਹਾਂ ਦੇ ਵਿੱਚ ਫਾਈਬਰ ਦੀ ਕੁਆਂਟਿਟੀ ਬਹੁਤ ਜ਼ਿਆਦਾ ਅੱਛੀ ਹੁੰਦੀ ਹੈ। ਸੋ ਨਾ ਜਿੱਥੇ ਗੱਲ ਆਉਂਦੀ ਹੈ ਵੇਟ ਲੋਸ ਦੀ, ਫਾਈਬਰ ਦਾ ਉੱਥੇ ਬਹੁਤ ਇੰਪੋਰਟੈਂਟ ਰੋਲ ਹੁੰਦਾ ਹੈ ਬਿਕੋਜ਼ ਜਦੋਂ ਵੀ ਕੋਈ ਵੇਟ ਲੋਸ ਡਾਇਟ ਲਈ ਸਾਡੇ ਕੋਲ ਆਉਂਦਾ ਹੈ ਤਾਂ ਅਸੀਂ ਡੈਫੀਨੇਟਲੀ ਉਹਨਾਂ ਦੀ ਡਾਇਟ ਦੇ ਵਿੱਚ ਫਾਈਬਰ ਇਨਰਿਚ ਕਰਨ ਦੀ ਕੋਸ਼ਿਸ਼ ਕਰਦੇ ਹਾਂ ਬਿਕੋਜ਼ ਫਾਈਬਰ ਤੁਹਾਨੂੰ ਇੱਕ ਫੀਲਿੰਗ ਆਫ ਫੁੱਲਨੈਸ ਦਿੰਦਾ ਹੈ ਔਰ ਜਿਹੜਾ ਫਾਈਬਰ ਹੈ ਤੁਹਾਨੂੰ ਕੋਨਸਟੀਪੇਸ਼ਨ, ਕਈ ਵਾਰ ਜਿਹੜੇ ਪੇਸ਼ੈਂਟਸ ਦਾ ਵੇਟ ਗੇਨ ਕੋਨਸਟੀਪੇਸ਼ਨ ਦੀ ਵਜ੍ਹਾ ਨਾਲ ਵੀ ਹੁੰਦਾ ਹੈ ਜਾਂ ਪਲੇਟੋ ਸਟੇਜ ਆ ਜਾਂਦੀ ਹੈ, ਅਸੀਂ ਉਹਨਾਂ ਨੂੰ ਫਾਈਬਰ ਥਰਸ਼ ਕਰਕੇ ਉਹਨਾਂ ਦੀ ਵੇਟ ਨੂੰ ਨੋਰਮਲਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਲੇਕਿਨ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਜਿਹੜਾ ਐਕਸੈਸਿਵ ਫਾਈਬਰ ਹੈ ਉਹ ਤੁਹਾਡੇ ਇੰਟੈਸਟਾਈਨਲ ਮਿਊਕੋਜ਼ਾ ਨੂੰ ਡੈਮੇਜ ਕਰ ਸਕਦਾ ਹੈ, ਇਸ ਲਈ ਐਕਸੈਸਿਵ ਫਾਈਬਰ ਤੁਸੀਂ ਨਹੀਂ ਲੈਣਾ। ਤੁਸੀਂ ਆਪਣੇ ਡਾਇਟੀਸ਼ੀਅਨ ਤੋਂ ਜ਼ਰੂਰ ਪੁੱਛੋ ਕਿ ਕਿੰਨਾ ਤੁਹਾਨੂੰ ਫਾਈਬਰ ਲੈਣਾ ਚਾਹੀਦਾ ਹੈ। ਔਰ ਜਿਹੜੇ ਇਰੀਟੇਬਲ ਬੋਵਲ ਸਿੰਡਰੋਮ ਯਾਨੀ ਕਿ IBS ਦੇ ਪੇਸ਼ੈਂਟਸ ਹੈਗੇ ਹੈ ਜਾਂ ਜਿਨ੍ਹਾਂ ਨੂੰ ਕੋਈ ਆਟੋ ਇਮਿਊਨ ਡਿਸਆਰਡਰ ਹੈ ਉਹਨਾਂ ਵਾਸਤੇ ਫਾਈਬਰ ਸ਼ਾਇਦ ਇੰਨਾ ਅੱਛਾ ਨਹੀਂ ਰਹਿੰਦਾ ਬਿਕੋਜ਼ ਇਹ ਉਹਨਾਂ ਦੀਆਂ ਪ੍ਰੋਬਲਮਸ ਨੂੰ ਵਧਾ ਸਕਦਾ ਹੈ। ਸੋ ਫਾਈਬਰ ਲੈਣ ਵਾਸਤੇ ਇੱਕ ਬਹੁਤ ਅੱਛਾ ਤਰੀਕਾ ਮੈਂ ਦੱਸਦੀ ਹਾਂ, ਤੁਸੀਂ ਡਰਾਈਡ ਪ੍ਰੂਨਸ ਲੈ ਸਕਦੇ ਹੋ, ਜਿਵੇਂ ਜਿਹਨੂੰ ਕਹਿੰਦੇ ਆ ਸੁੱਕਿਆ ਹੋਇਆ ਆਲੂ ਬੁਖਾਰਾ। ਸੋ ਦੈਟ ਇਜ਼ ਅ ਵੈਰੀ ਗੁੱਡ ਥਿੰਗ ਫੋਰ ਕੋਨਸਟੀਪੇਸ਼ਨ। ਇਹਦੇ ਵਿੱਚ ਫਾਈਬਰ ਦੀ ਮਾਤਰਾ ਹੁੰਦੀ ਹੈ। 2 ਚਮਚ ਇਸਬਗੋਲ ਆਪਣੀ ਡਾਇਟ ਵਿੱਚ ਸ਼ਾਮਿਲ ਕਰਨਾ ਸਭ ਤੋਂ ਈਜ਼ੀ ਤਰੀਕਾ ਹੈ। ਅੱਜ ਕੱਲ੍ਹ ਬਹੁਤ ਸਾਰੀਆਂ ਫਾਰਮੂਲੇਸ਼ਨਸ ਇਸਬਗੋਲ ਦੀਆਂ ਹੈਗੀਆਂ ਜਿਹੜੀਆਂ ਕਿ ਬੋਰਿੰਗ ਨਹੀਂ ਹੁੰਦੀਆਂ, ਜਿਹੜੀਆਂ ਕਿ ਤੁਹਾਡੀ ਡਾਇਟ ਵਿੱਚ ਜ਼ਿੰਕ ਲੈ ਕੇ ਆਉਂਦੀਆਂ ਔਰ ਇੰਟਰਸਟਿੰਗ ਵੀ ਹੁੰਦੀਆਂ। ਸੋ ਆਪਣੀ ਡਾਇਟ ਵਿੱਚ ਫਾਈਬਰ ਨੂੰ ਸ਼ਾਮਿਲ ਕਰੋ ਔਰ ਬਹੁਤ ਸਾਰੀਆਂ ਪ੍ਰੋਬਲਮਸ ਨੂੰ ਤੁਸੀਂ ਸੋਲਵ ਕਰ ਸਕਦੇ ਹੋ ਜਿਹਦੇ ਵਿੱਚ ਮੇਨ ਪ੍ਰੋਬਲਮ ਕੋਨਸਟੀਪੇਸ਼ਨ ਦੀ ਹੈ। ਲੇਕਿਨ ਇੱਥੇ ਮੈਂ ਐਡ ਕਰਨਾ ਚਾਹਾਂਗੀ, ਜੇ ਤੁਸੀਂ ਆਪਣੀ ਡਾਇਟ ਵਿੱਚ ਫਾਈਬਰ ਲੈਂਦੇ ਹੋ ਔਰ ਸਹੀ ਮਾਤਰਾ ਵਿੱਚ ਪਾਣੀ ਨਹੀਂ ਲੈਂਦੇ ਤਾਂ ਕੋਨਸਟੀਪੇਸ਼ਨ ਦੂਰ ਹੋਣ ਦੀ ਬਜਾਏ ਤੁਹਾਨੂੰ ਕੋਨਸਟੀਪੇਸ਼ਨ ਹੋ ਸਕਦੀ ਹੈ। ਸੋ ਜਿੱਦਾਂ ਕਿ ਐਗਜ਼ਾਮਪਲ ਦਿੰਦੀ ਹਾਂ, 1 ਚਮਚ ਇਸਬਗੋਲ ਲਿਆ ਹੈ, ਇੱਕ ਗਿਲਾਸ ਐਕਸਟਰਾ ਪਾਣੀ ਦਾ ਤੁਹਾਨੂੰ ਪੀਣਾ ਪਏਗਾ ਜੇ ਤੁਸੀਂ ਇਸਬਗੋਲ ਦਾ ਐਜ਼ ਅ ਫਾਈਬਰ ਸਹੀ ਫਾਇਦਾ ਲੈਣਾ ਚਾਹੁੰਦੇ ਹੋ। ਔਰ ਜੇ ਤੁਹਾਨੂੰ ਲੱਗਦਾ ਹੈ ਕਿ ਇਹ ਇਨਫੋਰਮੇਸ਼ਨ ਤੁਹਾਨੂੰ ਆਪਣੇ ਫਰੈਂਡਸ ਨੂੰ ਦੇਣੀ ਹੈ ਜਾਂ ਕਿਸੇ ਨੂੰ ਇਸ ਇਨਫੋਰਮੇਸ਼ਨ ਦੀ ਲੋੜ ਹੈ, ਤੁਸੀਂ ਡੈਫੀਨੇਟਲੀ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ।